ਇਹ ਤੋਂ ਨਿਰਪੱਖ ਪੋਸਟ ਮੈਂ ਦਾਰਾਕਬਦੀ ਮੌਜੂਦ ਹਾਂ ਜੀ ਪਿੰਡ ਲਹਿਰਾ ਦੇ ਵਿੱਚ, ਜਿੱਥੇ ਕਿ ਇੱਥੇ ਬਾਬਾ ਦੇਵਾ ਦਾਸ ਦੀ ਜਗ੍ਹਾ ਦੇ ਉੱਪਰ ਅੱਜ ਉਹਨਾਂ ਦੀ ਜਿਹੜੀ 82ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਸੰਬੰਧ ਦੇ ਵਿੱਚ ਅਸੀਂ ਇਸ ਡੇਰੇ 'ਤੇ ਅੱਜ ਇੱਥੇ ਪਹੁੰਚੇ ਹਾਂ, ਜਿੱਥੇ ਇੱਥੇ ਇਲਾਕੇ ਦੀ ਜਿਹੜੀ ਸੰਗਤ ਆ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚਿਆ। ਉੱਥੇ ਹੀ ਜਿਹੜੀ ਸਾਧੂ ਮਹਾਤਮਾ ਨੇ ਉਹ ਵੀ ਇਸ ਜਗ੍ਹਾ 'ਤੇ ਅੱਜ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ। ਸਾਡੇ ਕੋਲ ਮੌਜੂਦ ਹਨ ਇੱਥੋਂ ਦੇ ਗੱਦੀ ਨਸੀਨ ਬਾਬਾ ਕੇਸਰਦਾਸ ਜੀ, ਮਹੰਤ ਕੇਸਰਦਾਸ ਜੀ, ਆਪਾਂ ਉਹਨਾਂ ਨਾਲ ਇਸ ਜਗ੍ਹਾ ਸੰਬੰਧੀ ਗੱਲਬਾਤ ਕਰਾਂਗੇ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਜਿਹੜੀ ਇਹ ਜਗ੍ਹਾ ਇੱਥੇ ਬਣੀ ਹੋਈ ਹੈ, ਜਿੱਥੇ ਅੱਜ ਬਹੁਤ ਇਲਾਕੇ ਦੇ ਜਿਹੜੇ ਲੋਕ ਨੇ ਵੱਡੀ ਗਿਣਤੀ 'ਚ ਪਹੁੰਚੇ, ਇਹਦੀ ਮਹੱਤਤਾ ਕੀ ਆ ਜੀ? ਇਹ ਮਹੱਤਤਾ ਕੀ ਆ ਵੀ ਸੰਤ ਦੇਵਾਦਾਸ ਜੀ ਨੇ ਬਹੁਤ ਜ਼ਿਆਦਾ ਤਪੱਸਿਆ ਕਰੀਆਂ ਨੇ। ਹਾਂਜੀ, ਬਹੁਤ ਪਿੰਡਾਂ ਦੇ ਵਿੱਚ ਕਰੀਆਂ ਨੇ। 101 ਡੇਰਾ ਇਹਨਾਂ ਨੇ ਬਣਾਇਆ, 101 ਖੂਹੀ ਵੀ ਲਵਾਈ ਇਹਨਾਂ ਨੇ। ਹਾਂਜੀ ਹਾਂਜੀ, ਉਹਨਾਂ ਟਾਈਮਾਂ ਦੇ ਵਿੱਚ। ਹਾਂਜੀ, ਸੰਤ ਬਾਬਾ ਦੇਵਾਦਾਸ ਜੀ ਫਿਰ ਅਖੀਰ 'ਤੇ ਉਰੇ ਆਏ ਸੀ। ਹਾਂਜੀ, ਅਤੇ ਖੀਰ 'ਚ ਉਰੇ ਆ ਕੇ ਤਪੱਸਿਆ ਕਰੀਆ, ਪੂਰੀ ਇਹਨਾਂ ਦਾ ਸਰੀਰ ਛੱਡਿਆ, ਪੂਰੀ ਮਤਲਬ ਸਾਰਾ ਕੁਛ ਉਹਨਾਂ ਦਾ ਹੋਇਆ। ਇਹ ਡੇਰਾ ਬਾਬਾ ਦੇਵਾਦਾਸ ਦੇ ਨਾਂ 'ਤੇ ਚੱਲਦਾ। ਜਿਵੇਂ ਬਾਬਾ ਜੀ ਦੇਖਿਆ ਸੀ ਵੀ ਬਹੁਤ ਵੱਡਾ ਇਕੱਠ ਇੱਥੇ ਇਲਾਕੇ ਦੇ ਲੋਕਾਂ ਦਾ, ਹਾਂਜੀ ਹਾਂ, ਕੀ ਸ਼ਰਧਾ ਲੈ ਕੇ ਇੱਥੇ ਆਉਂਦੇ ਨੇ, ਕਿਹੜੀ ਉਹਨਾਂ ਦੀ ਸ਼ਰਧਾ ਪੂਰੀ ਹੁੰਦੀ ਹੈ ਇੱਥੇ? ਇੱਥੇ ਹਰੇਕ ਸਭ ਕਾਸੇ ਦੀ ਸ਼ਰਧਾ ਪੂਰੀ ਹੁੰਦੀ ਹੈ। ਕਿਸੇ ਦੇ ਬੱਚਾ ਨਹੀਂ, ਉਹ ਸਿੰਘਾਂ ਬੰਨਦੇ ਨੇ, ਸੁੱਖ ਸੁੱਖ ਦੇ ਨੇ ਸਿੰਘ ਦੀ ਬੱਚੇ ਬਾਰੇ ਵੀ, ਸਾਡੇ ਬੱਚਾ ਵੀ ਅਸੀਂ ਸਿੰਘ ਬੰਨਾਂਗੇ। ਹਾਂਜੀ, ਠੀਕ ਹੈ ਨਾ ਜੀ। ਅਤੇ ਬਾਕੀ ਹੋਰ ਕਿਸੇ ਦਾ ਵੀ ਕੰਮ ਰੁਕਿਆ, ਕਹਿੰਦੇ ਬਾਹਰ ਕਨੇਡਾ ਜਾਣਾ, ਉਹ ਵੀ ਸੁੱਖ ਦੇ ਨੇ ਵੀ ਸਾਡਾ ਵੀਜ਼ਾ ਲੱਗ ਜਾਏ ਵੀ ਅਸੀਂ ਉੱਥੇ ਜਾਣਾ। ਹੋਰ ਉਰੇ ਵੱਡੇ ਵੱਡੇ ਕੰਮ ਹੁੰਦੇ ਨੇ, ਇਹ ਨਹੀਂ ਗੱਲਾਂ ਹੈਗੀ, ਜਿਵੇਂ ਟਾਈਫਾਇਡ ਹੈ ਮਾਤਾ ਦਾ, ਜਨੇਊ ਮਾਤਾ, ਕੋਈ ਵੀ ਮਾਤਾ ਦਾ, ਉਹ ਸਾਰਾ ਉਰੇ ਇਲਾਜ ਹੁੰਦਾ। ਬੁਖਾਰ ਨਹੀਂ ਟੁੱਟਦਾ, ਇੱਕ ਵਾਰੀ ਆ ਜਾਵੇ ਬੁਖਾਰ ਵੀ ਟੁੱਟਦਾ। ਇਹ ਉਰੇ ਪੱਕੇ ਕੰਮ ਨੇ। ਕਿੰਨਾ ਕੁ ਚਿਰ ਜਿਹੜਾ ਇਹ ਪੁਰਾਣਾ ਇਹ ਡੇਰਾ ਬਣਿਆ ਹੋਇਆ? ਇਹ ਡੇਰਾ ਜੀ ਸਾਨੂੰ ਬਾਬਾ ਬਣਿਆ, ਦੇਵਾਦਾਸ ਜੀ ਨੇ ਸਰੀਰ ਛੱਡਿਆ ਸੀ 1938 ਦੇ ਵਿੱਚ। ਹਾਂਜੀ ਹਾਂ, ਉਦੋਂ ਬਾਅਦ ਫਿਰ ਇਹ ਡੇਰਾ ਬਣਿਆ। ਪਹਿਲਾਂ ਉਹ ਤਾਂ ਬਾਬਾ ਦੇਵਾਦਾਸ ਜੀ ਤਾਂ ਨਾ ਕਦੇ ਸਾਰੀ ਜ਼ਿੰਦਗੀ ਛੱਤ ਥੱਲੇ ਬੈਠੇ ਨੇ, ਨਾ ਕਿਸੇ ਦਰਖਤ ਥੱਲੇ, ਉਹ ਤਾਂ ਧੁੱਪ 'ਚ ਖੁੱਲ੍ਹੇ ਕਾਂ 'ਚ ਹੀ ਆਪਣਾ ਧੂਣਾ ਬਣਾ ਕੇ ਬਹਿੰਦੇ ਸੀ। ਅੱਛਾ ਜੀ। ਹਾਂਜੀ, ਤੁਸੀਂ ਗੱਦੀ ਤੋਂ ਕਿੰਨਾ ਕੁ ਚਿਰ ਤੋਂ ਇਸ ਗੱਦੀ 'ਤੇ ਬੈਠੇ ਹੋ? ਅਸੀਂ ਪਹਿਲਾਂ ਉਹਨਾਂ ਤੋਂ ਬਾਅਦ ਉਰੇ ਸੰਤਾਂ ਨੇ ਬਣਦਾ ਜੀ, ਉਹ ਗੱਦੀ 'ਤੇ ਬੈਠੇ। ਹਾਂਜੀ, ਫਿਰ ਸੰਤ ਬਾਬਾ ਭਜਨ ਦਾਸ ਜੀ। ਹਾਂਜੀ, ਅਤੇ ਉਦੋਂ ਬਾਬਾ ਉਹਨਾਂ ਦੇ ਚੇਲੇ ਸੀ ਸੰਤ ਬਾਬਾ ਪਿੱਪਲਾ ਦਾਸ ਜੀ। ਹਾਂਜੀ ਹਾਂਜੀ, ਫਿਰ ਉਹਨਾਂ ਦੇ ਚੇਲੇ ਆਪਣੇ ਨਰਭੈ ਦਾਸ ਜੀ। ਨਰਭੈ ਦਾਸ ਜੀ ਤੋਂ ਬਾਅਦ ਫਿਰ ਅਸੀਂ ਪੂਰੇ ਬਿਰਾਜਮਾਨ ਹੋਇਆ। ਜਿਵੇਂ ਕਿ ਸਾਨੂੰ ਇੱਥੋਂ ਪਤਾ ਲੱਗਿਆ ਵੀ ਬਾਬਾ ਦੇਵਾਦਾਸ ਜੀ ਜਿਹੜਾ ਅੱਜ ਇੱਥੇ ਇਹ ਡੇਰਾ ਬਣਾਇਆ ਹੋਇਆ, ਇਸ ਤਰ੍ਹਾਂ ਦੇ 101 ਡੇਰੇ ਬਣਾਏ ਗਏ ਸਨ, ਹੋਰ ਕਿਸੇ ਡੇਰੇ ਦਾ ਤੁਸੀਂ ਜ਼ਿਕਰ ਕਰ ਸਕਦੇ ਹੋ? ਨਹੀਂ, ਹੋਰ ਤਾਂ ਹੁਣ ਅਸੀਂ ਕਰਦੇ ਨਹੀਂ, ਅਸੀਂ ਗਏ ਨਹੀਂ। 5-4 ਡੇਰਿਆਂ 'ਚ ਜਾਂਦਾ, ਜਿਵੇਂ ਭੱਟੀਆਂ ਵੀ ਬਣਾਇਆ ਹੋਇਆ, ਬਣਾਇਆ ਹੋਇਆ ਲੋਹਗੜ੍ਹ ਵੀ ਬਣਾਇਆ ਹੋਇਆ, ਸਮਰਾ ਇੱਧਰ ਵੀ ਗਿਆ ਭੱਟੀਆਂ, ਅਤੇ ਇਹ 5-4 ਡੇਰਿਆਂ 'ਚ ਗਏ ਹਾਂ ਅਸੀਂ, ਉਹ ਗਏ ਨਹੀਂ ਕਿਤੇ। ਜਿਵੇਂ ਕਿ ਅਸੀਂ ਲੋਕਾਂ ਤੋਂ ਸੁਣਿਆ ਵੀ ਇੱਥੇ ਜਿਨ੍ਹਾਂ ਲੋਕਾਂ ਦੇ ਬੱਚਿਆਂ ਦੇ ਵੀਜ਼ੇ ਨਹੀਂ ਲੱਗਦੇ ਉਹ ਇੱਥੇ ਆ ਕੇ ਸੁੱਖ ਸੁੱਖਦੇ ਨੇ, ਕੋਈ ਇਸ ਤਰ੍ਹਾਂ ਦੀ ਤੁਹਾਡੇ ਦੇਖਣ ਦੇ ਮੁਤਾਬਕ ਕੋਈ ਹੋਇਆ ਕੁਛ? ਹਾਂ, ਬਹੁਤ ਕੁਛ ਹੋਇਆ, ਬਹੁਤ ਬੱਚੇ ਬਾਹਰ ਗਏ ਨੇ। ਹਾਂਜੀ ਹਾਂ, ਬਹੁਤ ਜਿਨ੍ਹਾਂ ਦੇ ਬੱਚੇ ਨੇ, ਜਿਨ੍ਹਾਂ ਬੱਚੇ ਹੋਏ ਨੇ, ਅੱਜ ਉਹ ਸਿੰਘਾਂ ਬੰਨੀ ਜਾਣਗੀਆਂ, ਉਹ ਬੱਚਿਆਂ ਦੀਆਂ ਨੇ। ਅੱਛਾ ਜੀ। ਹਾਂ, ਜਾਜੇ ਕੁਸ਼ਤੀਆਂ ਕਰਵਾਉਣ ਲੱਗੇ ਹੋਏ ਹਾਂ। ਹਾਂਜੀ ਹਾਂਜੀ ਹਾਂਜੀ, ਜਿਹੜੇ ਬਾਬਾ ਦੇਵਾਦਾਸ ਜੀ ਦੇ ਨਾਂ 'ਤੇ ਇੱਥੇ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਹਨ, ਉਹ ਕਿੰਨੇ ਸਾਲਾਂ ਤੋਂ ਕਰਵਾਈ ਜਾਂਦੇ ਅਤੇ ਅੱਜ ਵੀ ਉਹ ਕੁਸ਼ਤੀਆਂ ਹੋਣੀਆਂ ਨੇ? ਹਾਂਜੀ, ਅੱਜ ਵੀ ਹੋਣੀਆਂ ਨੇ, ਇਹਨਾਂ ਨੂੰ ਲਗਾਤਾਰ 82 ਸਾਲ ਹੋ ਗਏ ਜੀ ਅੱਜ। ਅੱਛਾ ਜੀ, ਕੁਸ਼ਤੀਆਂ ਹੁੰਦੀਆਂ। ਅੱਛਾ ਜੀ, ਹਾਂਜੀ। ਜਿਵੇਂ ਸੰਗਤ ਇੱਥੇ ਬਹੁਤ ਵੱਡੀ ਗਿਣਤੀ 'ਚ ਪਹੁੰਚੇ, ਤੁਸੀਂ ਅੱਜ ਦੇ ਮਾਹੌਲ ਦੇ, ਪੰਜਾਬ ਦੇ ਮਾਹੌਲ 'ਤੇ, ਜਿਵੇਂ ਬੱਚਾ ਜਿਹੜਾ ਤੁਹਾਨੂੰ ਪਤਾ ਨਸ਼ਾ ਘਰਾਂ ਦੇ ਵਿੱਚ ਵੜ ਚੁੱਕਿਆ, ਤੁਸੀਂ ਨੌਜਵਾਨਾਂ ਨੂੰ ਜਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਅਸੀਂ ਇਹ ਪ੍ਰੇਰਨਾ ਕਰਦੇ ਹਾਂ ਹਰੇਕ ਬੱਚੇ ਨੂੰ, ਹਰੇਕ ਨੌਜਵਾਨ ਨੂੰ, ਵੀ ਭਾਈ ਨਸ਼ਿਆਂ ਤੋਂ ਲਵੇ ਨਾਲੋ, ਇਹ ਜ਼ਿੰਦਗੀ ਵਾਰ ਵਾਰ ਨਹੀਂ ਮਿਲਦੀ, ਇਹ ਬਹੁਤ ਔਖੀ ਜ਼ਿੰਦਗੀ ਮਿਲਦੀ ਆ,
ਇੱਕ ਪਰਮਾਤਮਾ ਦੀ ਜ਼ਿੰਦਗੀ ਆ, ਜਿਹੜਾ ਆਪਣਾ ਸਰੀਰ ਹੈ ਇਹ ਵੀ ਆਪਣਾ ਨਹੀਂ ਹੈਗਾ, ਇਹ ਵੀ ਪਰਮਾਤਮਾ ਦੀ ਮਾਨਤਾ, ਪਤਾ ਨਹੀਂ ਉਹਨੇ ਕਦੋਂ ਲੈ ਜਾਣੀ ਆ, ਠੀਕ ਆ ਨਾ, ਵੀ ਇਹਨੂੰ ਗੰਦੀ ਨਾ ਕਰੋ, ਇਹਨੂੰ ਸਾਫ਼ ਸੁਥਰੀ ਰੱਖੋ। ਇਹ ਸਨ ਸੰਤ ਬਾਬਾ ਕੇਸਰਦਾਸ ਜੀ, ਜਿਨ੍ਹਾਂ ਨੇ ਦੱਸਿਆ ਵੀ ਸੰਤ ਬਾਬਾ ਦੇਵਾਦਾਸ ਜੀ 82ਵੀਂ ਬਰਸੀ 'ਤੇ ਅੱਜ ਪਿੰਡ ਲਹਿਰੇ ਦੇ ਵਿੱਚ, ਜਿੱਥੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਪਹੁੰਚੀ ਹੋਈ ਆ, ਉਹ ਸੰਗਤ ਜਿੱਡਾ ਦੀ ਕਿ ਸ਼ਰਧਾ ਮਨੋਕਾਮਨਾ ਜਿਹੜੀ ਪੂਰੀ ਹੁੰਦੀ ਆ, ਜਿੱਥੇ ਜਿੱਥੇ ਬਾਬਾ ਜੀ ਨੇ ਦੱਸਿਆ, ਜਿੱਥੇ ਇਸ ਜਗ੍ਹਾ 'ਤੇ ਆ ਕੇ ਜਿਹੜੇ ਬੱਚੇ ਵਿਦੇਸ਼ਾਂ ਦੇ ਵਿੱਚ ਪੜ੍ਹਨ ਜਾਂਦੇ ਹਨ, ਉਹਨਾਂ ਦੇ ਵੀਜ਼ੇ ਲੱਗਦੇ ਹਨ, ਉਹ ਇੱਥੇ ਆ ਕੇ ਸੁੱਖ ਸੁੱਖਦੇ ਹਨ, ਤਾਂ ਉਹਨਾਂ ਦੀ ਜਿਹੜੀ ਮਨੋਕਾਮਨਾ ਜਾਂ ਉਹਨਾਂ ਦੇ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਉਹ ਵੀਜ਼ੇ ਲੱਗਦੇ ਹਨ। ਅੱਜ ਅਸੀਂ ਇਹਨਾਂ ਇੱਥੇ ਬਾਬਾ ਜੀ ਦੇ ਡੇਰੇ 'ਤੇ ਪਹੁੰਚਿਆ, ਤਾਂ ਬਾਬਾ ਜੀ ਨਾਲ ਗੱਲ ਕੀਤੀ ਤਾਂ ਇੱਥੋਂ ਸਾਨੂੰ ਪਤਾ ਲੱਗਿਆ ਵੀ ਜਿਹੜਾ ਡੇਰਾ ਵਾ ਸੰਤ ਬਾਬਾ ਦੇਵਾਦਾਸ ਜੀ ਦਾ, ਜਿਹੜਾ ਉਹ ਬਹੁਤ ਹੀ ਵੱਡੀ ਮਹੱਤਤਾ ਜਿਹੜੀ ਉਹ ਰੱਖਦਾ ਵਾ। ਮਿਹਰਬਾਨੀ।